ਅੱਜ ਅੰਮ੍ਰਿਤਸਰ ਵਿੱਚ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਡੀਪੂ ਅੰਮ੍ਰਿਤਸਰ 1 ਅਤੇ 2 ਦੇ ਗੇਟ 'ਤੇ ਗੇਟ ਮੀਟਿੰਗ ਕੀਤੀ ਗਈ। ਇਸ ਮੌਕੇ ਪ੍ਰਧਾਨ ਜੋਤ ਸਿੰਘ ਨੇ ਦੱਸਿਆ ਕਿ ਪਨਬੱਸ ਅਤੇ ਸਰਕਾਰ ਦਰਮਿਆਨ ਤਕਰਾਰ ਦੀ ਸਥਿਤੀ ਬਣੀ ਹੋਈ ਹੈ ਅਤੇ ਪਨਬੱਸ ਕਾਮਿਆਂ ਵੱਲੋਂ 2 ਰੋਜ਼ਾ ਹੜਤਾਲ ਤੋਂ ਬਾਅਦ ਮੰਗਾਂ 'ਤੇ ਵਿਚਾਰ ਕਰਨ ਲਈ ਇੱਕ ਪਾਸੇ ਅੱਜ ਟਰਾਂਸਪੋਰਟ ਮੰਤਰੀ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਹੈ ਅਤੇ ਦੂਜੇ ਪਾਸੇ ਅੱਜ ਅੰਮ੍ਰਿਤਸਰ ਡੀਪੂ ਵਿਖੇ ਪਨਬੱਸ ਵਿੱਚ ਠੇਕੇ 'ਤੇ ਭਰਤੀ ਕਰਨ ਵਾਸਤੇ ਮੈਨੇਜਮੈਂਟ ਪੱਬਾਂ ਭਾਰ ਹੋਇਆ ਹੈ ਅਤੇ ਅੱਜ ਪੱਤਰ ਜਾਰੀ ਕੀਤੇ ਗਏ ਹਨ ਕਿ ਅੱਜ ਭਰਤੀ ਕੀਤੀ ਜਾਵੇਗੀ। ਪਰ ਪਨਬੱਸ ਮੁਲਾਜ਼ਮਾਂ ਵੱਲੋਂ ਸਖ਼ਤ ਫੈਸਲਾ ਕੀਤਾ ਗਿਆ ਹੈ ਕਿ ਇਹ ਭਰਤੀ ਨਹੀਂ ਹੋਣ ਦਿੱਤੀ ਜਾਵੇਗੀ। ਵਾਸਤੇ ਆਊਟਸੋਰਸਿੰਗ ਦੀ ਕੋਈ ਭਰਤੀ ਚੱਲ ਰਹੀ ਸੀਗੀ ਜੀ, ਜਿਹਦੇ ਵਿੱਚ ਇਹਨਾਂ ਨੇ ਇਸ ਸੰਬੰਧੀ ਮੰਗ ਪੱਤਰ ਦਿੱਤਾ। ਇਹਨਾਂ ਦੀ ਮੁੱਖ ਮੰਗ ਇਹੀ ਹੈ ਕਿ ਇਮੀਡੀਏਟਲੀ ਇਹ ਜਿਹੜੀ ਭਰਤੀ ਚੱਲ ਰਹੀ ਉਹ ਰੁਕਵਾਈ ਜਾਵੇ ਅਤੇ ਇਹਨਾਂ ਦੀ ਜੋ ਮੰਗਾਂ ਨੇ ਉਹ ਸਰਕਾਰ ਮੰਨੇ। ਇਸ ਸੰਬੰਧੀ ਜੋ ਸਾਡੇ ਧਿਆਨ 'ਚ ਲਿਆ ਗਿਆ ਕਿ ਆਲਰੇਡੀ ਹਾਈ ਪ੍ਰੋਫਾਈਲ ਲੈਵਲ ਉੱਤੇ ਮੰਤਰੀ ਸਾਹਿਬਾਨਾਂ ਦੇ ਅਤੇ ਯੂਨੀਅਨ ਦੀ ਮੀਟਿੰਗ ਚੱਲ ਰਹੀ ਹੈ ਜੀ ਕਿ ਜਿਹੜੀ ਭਰਤੀ ਚੱਲ ਰਹੀ ਹੈ ਅੰਮ੍ਰਿਤਸਰ ਵਿਖੇ ਉਹ ਇਮੀਡੀਏਟਲੀ ਬੰਦ ਕਰਵਾਈ ਜਾਵੇ। ਸਾਨੂੰ ਤਾਂ ਜੀ ਹੁਣੇ ਮੰਗ ਮਿਲੀ ਆ, ਹੁਣੇ ਮੈਂ ਆਪਣੇ ਸੀਨੀਅਰ ਅਫਸਰਾਂ ਦੇ ਨਾਲ ਧਿਆਨ 'ਚ ਲਿਆਇਆ ਗਿਆ ਅਤੇ ਧਰਨਾ ਲੱਗਿਆ ਅਤੇ ਇਹਨਾਂ ਦੀ ਇਹ ਮੰਗ ਦਿੱਤੀ ਹੈ। ਜੋ ਵੀ ਸਾਡੇ ਵੱਲੋਂ ਉਹਨਾਂ ਨੂੰ ਦਿਸ਼ਾ ਨਿਰਦੇਸ਼ ਸਾਨੂੰ ਦਊਂਗੇ ਉਹ ਅਸੀਂ ਇਹਨਾਂ ਨੂੰ ਦੱਸ ਦਿੱਤਾ ਜਾਵੇਗਾ। ਰੋਡ ਜਾਮ ਕੀਤਾ ਗਿਆ ਇਹਨਾਂ ਨਾਲ ਜੀ, ਹੁਣ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਕਿ ਰੋਡ ਜਾਮ ਖਲਵਾਇਆ ਜਾ ਸਕੇ, ਤਾਂ ਕਿ ਜੋ ਆਮ ਜਨਤਾ ਨੂੰ ਦਿੱਕਤ ਆ ਰਹੀ ਹੈ ਉਹਦਾ ਆਪਾਂ ਇਮੀਡੀਏਟ ਸੋਲੂਸ਼ਨ ਕੋਈ ਕਰਵਾ ਦਈਏ। ਹਾਂਜੀ ਜੀ, ਰੋਡ ਜਾਮ ਕੀਤਾ ਕੋਈ ਕਾਰਵਾਈ ਕੀਤੀ ਜਾਵੇ ਪਹਿਲਾਂ ਜੀ? ਇਮੀਡੀਏਟਲੀ ਤਾਂ ਰੋਡ ਜਾਮ ਖਲਵਾਈ ਜਾਵੇ। ਸਰ ਕੀ ਮਸਲਾ ਜੀ ਇਹਨਾਂ ਦਾ, ਕੀ ਮੰਗਾਂ ਨੇ ਇਹਨਾਂ ਦੀ? ਇਹਨਾਂ ਦੀ ਮੰਗਾਂ ਇਹਨੇ ਪਨਬੱਸ ਹੈਗੀ ਹੈ ਪੰਜਾਬ ਰੋਡਵੇਜ਼ ਦੀ, ਇਹਦੇ ਵਿੱਚ ਕੰਟਰੈਕਟ ਦੇ ਡਰਾਈਵਰ ਅਤੇ ਕਨੈਕਟਰ ਨੇ। ਉਹਦੇ ਵਿੱਚ ਜਿਹੜੀ ਪਨਬੱਸ ਵੱਲੋਂ ਨਵੀਂ ਜਿਹੜੀ ਰਿਕਰੂਟਮੈਂਟ ਹੈ ਕੰਟਰੈਕਟ ਬੇਸ 'ਤੇ ਕੀਤੀ ਜਾ ਰਹੀ ਹੈ, ਜਿੱਥੇ ਅੰਮ੍ਰਿਤਸਰ ਤੋਂ ਸਟਾਰਟ ਹੋਈ ਹੈ। ਇਹ ਉਹਦਾ ਪ੍ਰੋਟੈਸਟ ਕਰ ਰਹੇ ਆ, ਇਹ ਕਹਿ ਰਿਹਾ ਕਿ ਸਾਨੂੰ ਪਹਿਲਾਂ ਰੈਗੂਲਰ ਕੀਤਾ ਜਾਵੇ, ਉਸ ਤੋਂ ਬਾਅਦ ਅੱਗੇ ਰਿਕਰੂਟਮੈਂਟ ਕੀਤੀ ਜਾਵੇ, ਇਹ ਇਹਨਾਂ ਦਾ ਪ੍ਰੋਟੈਸਟ ਹੈ। ਨੰਬਰ 2 ਤੇ ਇਹਨਾਂ ਦਾ ਪ੍ਰੋਟੈਸਟ ਦਾ ਕਾਰਨ ਹੈ ਵੀ ਕੁਛ ਇਹਨਾਂ ਦੇ ਜਿਹੜੇ ਕੰਡਕਟਰ ਡਰਾਈਵਰ ਨੇ ਉਹਨਾਂ ਤੋਂ ਕੁਛ ਐਲੀਗੇਸ਼ਨ ਲੱਗ ਗਈ, ਉਹਨਾਂ ਨੂੰ ਬਾਹਰ ਕੱਢਿਆ ਗਿਆ ਜਾਂ ਨੌਕਰੀ ਦੁਬਾਰਾ ਨਹੀਂ ਰੱਖ ਰਹੇ, ਵੀ ਉਹਨਾਂ ਨੂੰ ਵੀ ਬਹਾਲ ਕੀਤਾ ਜਾਵੇ। ਇਹ ਇਹਨਾਂ ਦੀ ਡਿਮਾਂਡ। ਪ੍ਰਸ਼ਾਸਨ ਇਹਨਾਂ ਕੋਲ ਮੈਮੋਰੈਂਡਮ ਲੈ ਰਹੇ ਹਾਂ, ਤਹਿਸੀਲਦਾਰ ਵੀ ਸਾਹਿਬ ਵੀ ਆਏ ਆ, ਡਿਊਟੀ ਮਜਿਸਟਰ ਇੱਥੇ ਨੇ, ਮੈਮੋਰੈਂਡਮ ਲੈ ਰਹੇ ਹਾਂ, ਉਸ ਤੋਂ ਬਾਅਦ ਇਹਨਾਂ ਨਾਲ ਕਰ ਰਹੇ ਹਾਂ ਇਹਨਾਂ ਨਾਲ ਗੱਲ। ਰੋਡ ਕਿਹੜਾ ਸਰ ਜਾਮ ਕੀਤਾ? ਇਹ ਅਜਨਾਲਾ ਰੋਡ ਹੈ। ਇੱਕ ਮੁਜ਼ਾਹਰਾ ਆਇਆ ਸਾਡਾ ਪਨਬੱਸ ਜਿਹੜੀ ਨਜਾਇਜ਼ ਤੌਰ 'ਤੇ ਆਊਟਸੋਰਸਿੰਗ 'ਤੇ ਭਰਤੀ ਹੋ ਰਹੀ ਆ, ਉਹ 'ਤੇ ਅਸੀਂ ਜਿਹੜੀ ਆਪਣਾ ਰੋਕ ਲਾਉਣ ਵਾਸਤੇ ਜਿਹੜਾ ਐਜੀਟੇਸ਼ਨ ਕਰ ਰਹੇ ਹਾਂ। ਅਤੇ ਇਹ ਜਿਹੜੀ ਭਰਤੀ ਜਿਹੜੀ ਆ ਬਿਲਕੁਲ ਗੈਰ ਕਾਨੂੰਨੀ ਤਰੀਕੇ ਦੀ ਆ, ਕਿਉਂਕਿ ਪਹਿਲਾਂ ਵੀ ਕੈਬਨਿਟ ਦੇ ਵਿੱਚ ਪੰਜਾਬ ਸਰਕਾਰ ਨੇ ਹੀ ਕੈਪਟਨ ਸਰਕਾਰ ਨੇ ਮਤਾ ਪਾਸ ਕੀਤਾ ਹੈ ਕਿ ਆਪਾਂ ਜਿਹੜੀ ਆਊਟਸੋਰਸਿੰਗ 'ਤੇ ਭਰਤੀ ਪੰਜਾਬ ਤੋਂ ਜਿਹੜੀ ਬੰਦ ਕਰਾਂਗੇ, ਅਤੇ ਇਹ ਦੁਬਾਰਾ ਜਿਹੜਾ ਠੇਕੇਦਾਰ ਅਤੇ ਮੈਨੇਜਮੈਂਟ ਰਲ ਕੇ ਅਤੇ ਆਪਣਾ ਭਰਤੀ ਕਰ ਰਹੀ ਆ। ਅਤੇ ਸਾਨੂੰ ਇਹ ਕਿਹਾ ਜਾਂਦਾ ਆ ਜਦੋਂ ਵੀ ਕਿਤੇ ਅਸੀਂ ਟੇਬਲ 'ਤੇ ਜਾਂਦੇ ਹਾਂ ਜਾਂ ਸਰਕਾਰ ਨਾਲ ਗੱਲ ਕਰਦੇ ਹਾਂ, ਉਹ ਆਉਂਦੇ ਆ ਵੀ ਆਊਟਸੋਰਸਿੰਗ ਵਾਲਾ ਜਿਹੜਾ ਮੁਲਾਜ਼ਮ ਉਹ ਪੱਕਾ ਹੀ ਹੋ ਸਕਦਾ। ਇਹ ਕਰਕੇ ਇਹਦਾ ਅਸੀਂ ਪੂਰਨ ਵਿਰੋਧ ਕਰਦੇ ਹਾਂ, ਕਿਉਂਕਿ ਸਾਡਾ ਜਿਹੜਾ 1200 ਬੰਦਾ ਜਿਹੜਾ ਘਰ ਬੈਠਾ ਆ, ਜਿਨ੍ਹਾਂ ਦੀਆਂ ਨਜਾਇਜ਼ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਉਹਨਾਂ ਨੂੰ ਘਰ ਜਿਹੜਾ ਉਹ ਸਸਪੈਂਡ ਕੀਤਾ ਆ, ਅਤੇ ਜੇ ਉਹ ਅੱਜ 1200 ਬੰਦਾ ਬਹਾਲ ਕਰਦੇ ਆ ਤਾਂ ਇਹ ਭਰਤੀ ਦੀ ਕੋਈ ਜ਼ਰੂਰਤ ਵੀ ਨਹੀਂ ਹੈ। ਅਤੇ ਨਾਲੇ ਸਾਡਾ ਜਿਹੜਾ ਕੰਟਰੈਕਟ ਤਾਂ 2014 ਤੋਂ ਚੱਲਦਾ ਆ ਰਿਹਾ, ਕੁਝ 1700 ਬੰਦਾ ਅਤੇ 2300 ਬੰਦਾ ਜਿਹੜਾ ਆਊਟਸੋਰਸਿੰਗ 'ਤੇ ਆ, ਉਹਨਾਂ ਨੂੰ ਪਹਿਲਾਂ ਵਿਚਾਰਿਆ ਗਿਆ ਜਾਏ ਅਤੇ ਜਿਹੜੀ ਭਰਤੀ ਪ੍ਰੋਪਰ ਚੈਨਲ ਕੀਤੀ ਜਾਏ, ਸਾਡੀ ਇਹ ਮੰਗ ਹੈ। ਪੈਟਰੋਲ ਦੀਆਂ ਸੀਸੀਆਂ ਉਹ ਜਿਹੜੀਆਂ ਫੜੀ ਫਿਰਦੇ ਉਹ ਸੱਚੇ ਆ, ਕਿਉਂਕਿ ਜੇ 1000 ਬੰਦੇ ਦੀ ਭਰਤੀ ਜਿਹੜੀ ਆ ਇਹ ਮੈਨੇਜਮੈਂਟ ਕਰ ਲੈਂਦੀ ਆ ਅਤੇ ਉਹਨਾਂ ਨੂੰ ਘਰ ਦਾ ਰਸਤਾ ਵੇਖਣਾ ਪਿਆ। ਜਿੱਦਾਂ 1200 ਬੰਦਾ ਕੱਢਿਆ, ਫਿਰ 1000 ਬੰਦਾ ਹੋਰ ਜਿਹੜਾ ਉਹ ਪੁਰਾਣਾ ਜਿਹੜਾ 12 ਸਾਲ ਤੋਂ ਕੰਮ ਕਰਦਾ ਉਹ ਕੱਢਣਗੇ, ਅਤੇ 12 ਸਾਲ ਬਾਅਦ ਜਿਹੜਾ ਉਹ ਘਰ ਜਾਏਗਾ ਉਹ ਘਰ ਨਹੀਂ ਜਾਣਾ ਚਾਹੁੰਦਾ, ਇਹਦੇ ਨਾਲ ਉਹ ਮਰਨਾ ਚਾਹੁੰਦਾ ਕਿ ਅਸੀਂ। ਮੈਂ ਜੋਤ ਸਿੰਘ ਸਿੰਧੀ, ਮੀਤ ਪ੍ਰਧਾਨ ਪੰਜਾਬ। ਸੂਬਾ ਕਮੇਟੀ ਮੈਂਬਰ ਹਰਜੀਤ ਸਿੰਘ, ਬਟਾਲਾ ਡਿਪੂ। ਮੈਂ ਮਤਲਬ ਸਾਡੀ ਜਿਹੜੀ ਆ 6 ਤੇ ਇਹਨਾਂ ਨੂੰ ਮੀਟਿੰਗ ਹੋਈ ਸੀ ਸੈਕਟਰੀ ਟਰਾਂਸਪੋਰਟ ਨਾਲ, ਉਹਦੇ ਵਿੱਚ ਜਿਹੜੇ ਸਾਡੇ ਨਜਾਇਜ਼ ਕੰਡੀਸ਼ਨ ਵਾਲੇ ਬੰਦੇ ਜਿਹੜੇ ਕੱਢੇ ਸੀ ਉਹ ਉਹਨਾਂ ਨੇ ਤੁਰੰਤ ਬਹਾਲ ਕਰਨ ਦੇ ਹੁਕਮ ਦਿੱਤੇ ਸੀ। ਉਹ ਚਿੱਠੀ ਨਹੀਂ ਲਾਗੂ ਹੋਈ, ਸਾਡੇ ਮੈਨੇਜਮੈਂਟ ਦੇ ਕੁਝ ਅਫਸਰ ਆ ਭ੍ਰਿਸ਼ਟ ਅਫਸਰ ਆਪਾਂ ਕਹਾਂਗੇ, ਜਿਹੜੇ ਪੈਸੇ ਲੈ ਕੇ ਠੇਕੇਦਾਰ ਨੂੰ ਪਹਿਲ ਦੇ ਰਹੇ ਆ। ਅਗਰ ਜੇ ਅੱਜ ਭਰਤੀ ਨਹੀਂ ਰੋਕਦੇ, ਸਾਡੇ ਜਿਹੜੇ ਘਰ ਬੈਠੇ ਵਰਕਰ ਆ ਉਹ ਨਹੀਂ ਮਤਲਬ ਬਹਾਲ ਕਰਦੇ, ਤਾਂ ਅਸੀਂ ਆਪਣੇ ਉੱਤੇ ਪੈਟਰੋਲ ਪਾ ਕੇ ਆਪਣੇ ਆਪ ਨੂੰ ਅੱਗ ਲਾਵਾਂਗੇ। ਅਸੀਂ ਪ੍ਰਸ਼ਾਸਨ ਨੂੰ ਵੀ ਅੱਗੇ ਬੇਨਤੀ ਕਰ ਚੁੱਕੇ ਹਾਂ ਔਰ ਆਪਣੀ ਮੈਨੇਜਮੈਂਟ ਨੂੰ ਵੀ ਕਰਦੇ ਹਾਂ, ਜਿਸ ਦੀ ਜ਼ਿੰਮੇਵਾਰੀ ਅੰਮ੍ਰਿਤਸਰ ਪ੍ਰਸ਼ਾਸਨ ਔਰ ਜਿੰਨੀ ਕਮੇਟੀ ਮੈਂਬਰ GM ਬਣਾਏ ਆ ਉਹਨਾਂ ਦੀ ਹੋਊਗੀ। ਸਾਡੀਆਂ ਦੋ ਹੀ ਮੰਗਾਂ ਮੇਨ ਨੇ, ਭਰਤੀ ਬੰਦ ਕੀਤੀ ਜਾਵੇ ਅਤੇ ਸਾਡੇ ਜਿਹੜੇ ਬੰਦੇ ਘਰ ਬੈਠੇ ਆ ਉਹ ਬਹਾਲ ਕੀਤੇ ਜਾਵੇ। ਸਾਡੀ ਅੱਜ ਟਰਾਂਸਪੋਰਟ ਮੰਤਰੀ ਨੇ ਮੀਟਿੰਗ ਬੁਲਾਈ ਸੀ, 2-3-4 ਦੀ ਜਿਹੜੀ ਸਟ੍ਰਾਈਕ ਹੋਈ ਸੀ, ਇੱਕ ਬੰਦੇ ਸਰਕਾਰ ਨੇ ਮੀਟਿੰਗ ਬੁਲਾ ਲਈ, ਦੋਹਰੀ ਨੀਤੀ ਬਣਾਈ ਆ, ਦੂਜੇ ਬੰਨੇ ਇੱਧਰ ਭਰਤੀ ਹੋ ਰਹੀ ਆ।
ਔਰ ਜਿੰਨੇ ਬੰਦੇ ਭਰਤੀ ਕਰਾਉਣ ਆਏ ਸਾਡੇ ਰਿਟਾਇਰ ਜਿਹੜੇ ਮੈਂਬਰ ਸਾਥੀ ਰਿਟਾਇਰ ਹੋਏ ਆ ਪੱਕੇ ਉਹ ਬੰਦੇ ਅੰਦਰ ਭਰਤੀ ਕਰਾ ਕੇ ਆਪਣੀਆਂ ਸਲਿੱਪਾਂ ਦੇ ਮੈਂਬਰ ਨੂੰ ਨੰਬਰ ਲੈ ਕੇ ਦੇ ਰਿਹਾ ਪੈਸੇ ਲੈ ਲਏ ਉਹਨਾਂ ਕੋਲ ਔਰ ਨੰਬਰ ਲੈ ਕੇ ਦੇ ਰਿਹਾ ਕਾਕਾ ਤੇਰੀ ਭਰਤੀ ਹੋ ਗਈ ਤੂੰ ਜਾ ਜਦਕਿ ਇੱਥੇ ਜਿਹੜੇ ਚੇਅਰਮੈਨ ਲਾਏ ਆ GM ਪਠਾਨਕੋਟ ਉਹ ਵੀ ਵਿੱਚ ਸ਼ਾਮਿਲ ਨਹੀਂ ਆ ਚੇਅਰਮੈਨ ਤੋਂ ਬਗੈਰ ਹੀ ਭਰਤੀ ਕਰੀ ਜਾ ਰਹੇ ਆ ਭਰਤੀ 2 ਨੰਬਰ ਦੀ ਕਰਦੇ ਪਏ ਆ ਮੈਂ ਬਲਜਿੰਦਰ ਸਿੰਘ ਜੀ ਸੂਬਾ ਕਮੇਟੀ ਅੰਮ੍ਰਿਤਸਰ ਵੰਨ ਤੋਂ ਇਹ ਜਿਹੜੀ ਅੱਜ ਐਕਸ਼ਨ ਲਿਖਿਆ ਇਹ ਪ੍ਰਸ਼ਾਸਨ ਵੱਲੋਂ ਸਾਨੂੰ ਵਾਰ ਵਾਰ ਜਿਹੜਾ ਸਾਡਾ ਸ਼ੋਸ਼ਣ ਕੀਤਾ ਜਾ ਰਿਹਾ ਅੱਜ ਜਿਹੜਾ ਅਸੀਂ ਰੋਡ ਬਲੋਕ ਕੀਤਾ ਇਹ ਰੋਡ ਇਹ ਅੱਜ ਤੋਂ ਕੋਈ 3 ਤਰੀਕ ਨੂੰ ਸਾਡੀ ਜਿਹੜੀ ਧਰਨਾ ਸੀ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਮਿਲੀ ਸੀ 9 ਤਰੀਕ ਦੀ ਉਹ ਮੀਟਿੰਗ ਨੂੰ ਨਜ਼ਰਅੰਦਾਜ਼ ਕਰਨ ਦਾ ਕਰਕੇ ਸਾਨੂੰ ਇੱਕ ਟਕਰਾਅ ਦੇ ਵਿੱਚ ਲਿਆ ਕੇ ਇਹ ਸਾਡਾ ਨੁਕਸਾਨ ਕਰਨਾ ਚਾਹੁੰਦੇ ਆ ਇਸ ਕਰਕੇ ਅੱਜ ਅਸੀਂ ਜਿਹੜੀ ਇਹ ਭਰਤੀ ਨਜਾਇਜ਼ ਭਰਤੀ ਹੋ ਰਹੀ ਆ ਇਹ 4-5 ਦਿਨਾਂ ਦੇ ਵਿੱਚ ਐਡ ਦੇ ਕੇ ਨਾ ਅਤੇ ਠੇਕੇਦਾਰੀ ਸਿਸਟਮ ਵਾਲੀ ਭਰਤੀ ਕਰ ਰਹੇ ਆ ਭਰਤੀ ਵੀ ਇਹ ਸਰਾਸਰ ਨਜਾਇਜ਼ ਆ ਬਿਲਕੁਲ ਨਜਾਇਜ਼ ਆ ਇਸ ਕਰਕੇ ਅਸੀਂ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਭਰਤੀ ਰਣਜੀਤ ਐਵੀਨਿਊ ਦੇ ਵਿੱਚ ਬੀ ਬਲੋਕ ਦੇ ਵਿੱਚ ਕਰ ਰਹੇ ਆ ਉਹ ਵੀ ਇਸ ਭਰਤੀ ਦਾ ਨਾਂ ਦਿੱਤਾ ਜਾ ਰਿਹਾ ਇਹ ਤੁਸੀਂ ਪੱਤਰਕਾਰ ਅਸੀਂ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਵੀ ਉਸ ਭਰਤੀ ਦੀ ਤਹਿ ਤੱਕ ਜਾਇਓ ਫਿਰ ਵੇਖੋ ਅਸੀਂ ਸਹੀ ਹਾਂ ਜਾਂ ਅਸੀਂ ਗਲਤ ਕਰ ਰਹੇ ਹਾਂ ਇਹ ਭਰਤੀ ਜਿਹੜੀ ਇੱਥੇ ਬੀ ਬਲੋਕ ਦੇ ਵਿੱਚ ਹੋ ਰਹੀ ਹੈ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅੱਜ ਸਾਡੀ ਟਰਾਂਸਪੋਰਟ ਮੰਤਰੀ ਸਾਹਿਬਾਨ ਨਾਲ ਵੀ ਮੀਟਿੰਗ ਆ ਜੇ ਸਾਡਾ ਕੋਈ ਵੀ ਅੱਗੇ ਹੱਲ ਨਹੀਂ ਕੱਢਿਆ ਜਾਂਦਾ ਜਾਂ ਸਾਡੇ ਜਿਹੜੇ ਸਾਥੀ ਬਾਹਰ ਕੀਤੇ ਗਏ ਆ ਉਹ ਨਹੀਂ ਲਏ ਜਾਂਦੇ ਸਾਡੀਆਂ ਤਨਖਾਹਾਂ ਦੇ ਵਿੱਚ ਵਾਧਾ ਨਹੀਂ ਕੀਤਾ ਜਾਂਦਾ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 18 ਡਿਪੂ ਆ ਜਿਹੜੇ ਇਹ 6-6 ਜ਼ੋਨ ਬਣਾ ਕੇ ਜਿਹੜੇ ਸਾਡੇ ਪੰਜਾਬ ਦੇ ਮੇਨ ਅੱਡੇ ਆ ਮੇਨ ਚੌਂਕ ਆ ਉਹਨਾਂ ਨੂੰ ਬੰਦ ਕਰਾਂਗੇ